ਇੱਕ ਹੋਰ ਗੱਲ ਆ ਨਾ ਜੀ, ਮੈਂ ਇੱਕ ਬੇਨਤੀ ਕਰਾਂ, ਮੈਨੂੰ ਸੌਖੀ ਜੀ ਗੱਲ ਆ, ਨਗਰ ਕੀਰਤਨ ਇਲਾਕੇ ਦੇ ਵਿੱਚੋਂ ਨਿਕਲਿਆ ਅਜੇ ਤਾਂ ਬੋਰਡ ਦੀ ਸ਼ਰਾਰਤ ਹੋਈ, ਜੇ ਕੱਲ੍ਹ ਨੂੰ ਕੋਈ ਨਗਰ ਕੀਰਤਨ ਦੀ ਸ਼ਰਾਰਤ ਹੋ ਜਾਵੇ ਤਾਂ ਫਿਰ ਕੌਮ ਜ਼ਿੰਮੇਵਾਰ ਹੋਵੇਗੀ, ਔਰ ਉਹਨਾਂ ਲੋਕਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਵੀ ਸਾਡੇ ਦੇਸ਼ ਦੇ ਵਾਸੀ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਰਬੰਸ ਸਾਨੀ ਨੇ ਆਪਣਾ ਸਰਬੰਸ ਕਿਹਨਾਂ ਲੋਕਾਂ ਵਾਸਤੇ ਮਾਰਿਆ ਸੀ, ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸ਼ਹੀਦ ਹੋਣ ਵਾਸਤੇ ਕਿਉਂ ਭੇਜਿਆ ਸੀ, ਆਪਣੇ ਚਾਰੇ ਸਾਹਿਬਜ਼ਾਦੇ ਵਾਰੇ ਅਤੇ ਕਿਉਂ ਵਾਰੇ ਸਨ, ਇਸ ਦੇਸ਼ ਦੀ ਖਾਤਰ, ਇਸ ਦੇਸ਼ ਦੇ ਧਰਮ ਬਚਾਉਣ ਦੀ ਖਾਤਰ, ਇਸ ਕੌਮ ਨੂੰ ਬਚਾਉਣ ਵਾਸਤੇ। ਅੱਜ ਜੇ ਉਹਨਾਂ ਦੇ ਬੋਰਡ ਜਿਹੜੇ 17 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, 15 ਨੂੰ ਸ਼ਾਇਦ ਨਗਰ ਕੀਰਤਨ ਨਿਕਲਣਾ, ਜੇ ਉਹਨਾਂ ਦੇ ਕੋਈ ਲਾ ਰਿਹਾ ਇਹਦਾ ਮਤਲਬ ਸਭ ਤੋਂ ਵੱਡਾ ਕਿਰਤ ਘਾਣਾ ਬੰਦਾ ਜਿਹੜਾ ਕੰਮ ਕਰ, ਸੋ ਸਾਡੀ ਉਹਨੂੰ ਤਾੜਨਾ ਹੈ ਕਿ ਜੇ ਤੋਂ ਕਾਬੂ ਆ ਗਿਆ ਤਾਂ ਫਿਰ ਅਸੀਂ ਸਿੱਖੀ ਰਵਾਇਤਾਂ ਅਨੁਸਾਰ ਉਹਨੂੰ ਸਜ਼ਾ ਦੇਵਾਂਗੇ ਜੇ ਪੁਲਿਸ ਨੇ ਕੋਈ ਕੰਮ ਨਾ ਕੀਤਾ। ਇੰਨੀ ਗੱਲਬਾਤ ਕਰਦੀ ਹੈ, ਠੀਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਆਹ ਜਿਹੜੇ ਐਂਗਲ ਦੇ ਉੱਤੇ ਇੱਕ ਪੱਟੀ ਲੱਗੀ ਸੀ ਗੁਰੂ ਗੋਬਿੰਦ ਸਿੰਘ ਪੰਥ ਐਂਗਲ ਸਵੇਰੇ ਦਾ ਹੋਰ ਹੋਰ ਬੰਦਾ ਚੱਕ ਲਿਆ। ਹੋਰ ਇੱਕ ਹੋਰ ਗੱਲ ਆ ਸੀਪੀ ਸਾਹਿਬ, ਉਹ ਪਿੱਛੇ ਨਾ ਆਪ ਜੀ ਦੇਖੋ ਉਹਦੇ 'ਤੇ ਗੁਰਪੁਰਬ ਦੀ ਵਧਾਈ ਦਿੱਤੀ ਹੋਈ ਆ, ਬਾਣੀ ਦੀਆਂ ਪੰਕਤੀਆਂ ਨੇ ਉਹਨੂੰ ਗੰਦਗੀ ਦੇ ਵਿੱਚ ਸੁੱਟਣਾ, ਇਹ ਵੀ ਤਾਂ ਗੁਰਬਾਣੀ ਦੀ ਵੇਦ ਵੀ ਆ। 11:40 ਫਲੈਕਸ਼ਨ ਲਾਉਣ ਆਏ ਸਰ, 12:15 ਦੇ ਲੈ ਕੇ ਪਹਿਲਾਂ ਇੱਕ ਫਲੈਕਸ਼ ਲਾ ਕੇ ਇੱਧਰ ਨੂੰ ਗਿਆ, ਫਿਰ ਉੱਥੋਂ ਇੱਥੇ ਆਏ ਦੋ ਫਲੈਕਸ਼ਨ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੌਕਾ ਰੱਖਦੇ ਹਾਂ। 15 ਤਰੀਕ ਨੂੰ ਜੋ ਸੰਪੂਰਨ ਜਲੰਧਰ ਸ਼ਹਿਰ ਵੱਲੋਂ ਇੱਕ ਸਾਂਝਾ ਨਗਰ ਕੀਰਤਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਨਿਕਲ ਰਿਹਾ ਹੈ, ਸਾਰੇ ਹੀ ਜਲੰਧਰ ਸ਼ਹਿਰ ਦੇ ਸਿੱਖ ਨੁਮਾਇੰਦਾ ਦਾ ਇੱਕ ਬੋਰਡ, ਸਾਂਝਾ ਬੋਰਡ ਜਿਹੜਾ ਇੱਥੇ ਗੁਰੂ ਨਾਨਕ ਮਿਸ਼ਨ ਚੌਕ ਵਿੱਚ ਲੱਗਿਆ ਸੀ, ਜੋ ਕਿਸੇ ਸ਼ਰਾਰਤੀ ਬੰਦੇ ਨੇ ਸ਼ਰਾਰਤ ਕਰਕੇ ਉਸ ਬੋਰਡ ਨੂੰ ਪਾੜ ਦਿੱਤਾ ਹੈ, ਅਤੇ ਪਾੜ ਕੇ ਜੋ ਵੀ ਉਸ ਬੋਰਡ ਦੇ ਵਿੱਚ ਲਿਖਿਆ ਸੀ, ਬਾਣੀ ਦੀ ਤੁੱਕਾਂ ਸੀਗੀਆਂ, ਗੁਰੂ ਸਾਹਿਬ ਜੀ ਦੀਆਂ ਸਾਰੇ ਨੁਮਾਇੰਦਿਆਂ ਦੀਆਂ ਫੋਟੋਆਂ ਸੀਗੀਆਂ, ਉਹ ਸ਼ਰਾਰਤ ਬਸ ਲੈ ਕੇ ਗਿਆ ਵਾ। ਅਤੇ ਬੇਨਤੀ ਆ ਕਿ ਜੇ ਅੱਜ ਸਿੱਖਾਂ ਦੇ ਨਾਲ ਇਹ ਸ਼ਰਾਰਤ ਕੀਤੀ ਜਾ ਰਹੀ ਆ ਤਾਂ ਕੱਲ੍ਹ ਨੂੰ ਪਤਾ ਨਹੀਂ ਕੀ ਕੁਝ ਹੋ ਸਕਦਾ, ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਆ ਕਿ ਵੀ ਛੇਤੀ ਤੋਂ ਛੇਤੀ ਇਹ ਸ਼ਰਾਰਤੀ ਬੰਦਿਆਂ ਦੇ ਪ੍ਰਤੀ ਕਾਰਵਾਈ ਕਰਕੇ ਸਾਰੇ ਜਲੰਧਰ ਸ਼ਹਿਰ ਦੇ ਨੁਮਾਇੰਦਾ ਦੇ ਸਾਹਮਣੇ ਉਸ ਬੰਦੇ ਨੂੰ ਸਾਂਝਾ ਕੀਤਾ ਜਾਵੇ, ਓਪਨ ਕੀਤਾ ਜਾਵੇ, ਨਹੀਂ ਤਾਂ ਜੋ ਵੀ ਸਿੱਖ ਨੁਮਾਇੰਦੇ ਇਕੱਠੇ ਹੋ ਕੇ ਜੋ ਵੀ ਸਾਡੇ ਕੋਲ ਬਣੇਗਾ ਅਸੀਂ ਆਪਣੀ ਬਣਨ ਦੀ ਕਾਰਵਾਈ ਸਾਰੇ ਇਕੱਠੇ ਹੋ ਕੇ ਆਪਣੇ ਆਪ ਕਰਾਂਗੇ। ਬਾਬਾ ਜੀ ਇਕੱਲਾ ਇੱਥੇ ਹੀ ਬੋਰਡ ਪਾੜਿਆ ਗਿਆ, ਹੋਰ ਜਲੰਧਰ ਸ਼ਹਿਰ 'ਚ ਬਹੁਤ ਲੱਗੇ? ਬੋਰਡ ਲੱਗਦੇ ਪਏ ਆ ਜੀ, ਬੋਰਡ ਲੱਗਦੇ ਪਏ ਆ, ਹਜੇ ਕੁਛ ਨਹੀਂ ਕਹਿ ਸਕਦੇ, ਅਜੇ ਪਹਿਲਾ ਬੋਰਡ ਪਾਟਿਆ ਵਾ ਅਤੇ ਕੱਲ੍ਹ ਨੂੰ ਕੀਤਾ ਹਜੇ ਤਾਂ 15 ਦਿਨ ਸਾਰਾ ਕੁਝ ਚੱਲਣਾ ਹੈ ਨਾ ਜੀ, ਕੁਝ ਵੀ ਹੋ ਸਕਦਾ ਹੈ, ਜੇ ਅੱਜ ਨਹੀਂ ਕਾਰਵਾਈ ਕੀਤੀ ਗਈ ਤਾਂ ਕੱਲ੍ਹ ਨੂੰ ਕੀ ਹੋਏਗਾ ਤਾਂ ਇਹ ਆਪਾਂ ਕਹਿ ਨਹੀਂ ਸਕਦੇ। ਬਾਬਾ ਜੀ ਜਿਹੜੇ ਸ਼ਹਿਰ ਵਿੱਚ ਕੈਮਰੇ ਲੱਗੇ ਨੇ ਉਹਦੇ ਵਿੱਚ ਕੋਈ ਸੀਸੀਟੀਵੀ ਸਾਹਮਣੇ ਆਈ? ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਬੰਦਾ ਬੋਰਡ ਦੇ ਪਿੱਛੋਂ ਦੀ ਪਹਿਲਾਂ ਬੋਰਡ ਨੂੰ ਪਾੜਦਾ ਵਾ, ਫਿਰ ਉਹਨੂੰ ਇਕੱਠਾ ਕਰਕੇ ਰਾਤ ਨੂੰ 11:30 ਬੋਰਡ ਨੂੰ ਇਕੱਠਾ ਕਰਕੇ ਲੈ ਕੇ ਜਾਂਦਾ, ਲਗਭਗ ਅੱਧਾ ਪੂਰੇ ਘੰਟੇ ਦੇ ਵਿੱਚ ਕਾਰਵਾਈ ਹੁੰਦੀ। ਕਿੰਨੇ ਕੁ ਵਜੇ ਦੀ? 11:30 ਦੇ ਨੇੜੇ। 11:30 ਤੱਕ ਤਾਂ ਟ੍ਰੈਫਿਕ ਹੀ ਬਹੁਤ ਹੁੰਦੀ ਕਿਉਂਕਿ ਸਾਹਮਣੇ ਹਸਪੀਟਲ ਹੈ। ਹਾਂਜੀ, ਤਾਂ ਹੀ ਫਿਰ ਸ਼ਰਾਰਤੀ ਬੰਦਾ ਹੀ ਹੋ ਸਕਦਾ, ਕੋਈ ਨਾ ਕੋਈ ਸੋਚੀ ਸਮਝੀ ਇੱਕੋ ਜੀ ਸ਼ਰਤ ਹੈ।
ਸੋਚ ਸਮਝ ਕੇ ਇਸ਼ਰਾਰਤ ਕੀਤੀ ਗਈ ਹੈ। ਸਾਹਮਣੇ ਆਈ ਹੈ।